ਦ ਖਾਲਸ ਟੀਵੀ 'ਤੇ ਇਸ ਵੇਲੇ ਗੱਲ ਕਰ ਲੈਂਦੇ ਹਾਂ ਬਠਿੰਡਾ ਸੀਟ ਦੀ। ਬਠਿੰਡਾ ਸੀਟ ਤੋਂ ਸਭ ਤੋਂ ਹੈਰਾਨੀਜਨਕ ਹੋ ਰਿਹਾ ਹੈ ਕਿ ਸੁਖਪਾਲ ਸਿੰਘ ਖਹਿਰਾ ਬਹੁਤ ਪਿੱਛੇ ਜਾ ਰਹੇ ਨੇ। ਇੱਥੋਂ ਤੱਕ ਕਿ ਬਲਜਿੰਦਰ ਕੌਰ ਆਮ ਆਦਮੀ ਪਾਰਟੀ ਦੀ ਕੈਂਡੀਡੇਟ ਬਲਜਿੰਦਰ ਕੌਰ ਤੋਂ ਵੀ ਪਛੜ ਕੇ ਰਹਿ ਗਏ ਨੇ। ਸਾਡੇ ਕੋਲ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਵੈਬਸਾਈਟ ਖੁੱਲ੍ਹੀ ਆ, ਉਸ ਦੇ ਨਤੀਜੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਜਿਹੜੇ ਇਸ ਵੇਲੇ ਉਹਨਾਂ ਦੇ ਕੋਲ ਜਿਹੜੀ ਆ 1,03,785 ਵੋਟਾਂ ਨੇ ਇਸ ਟਾਈਮ। ਉਹਨਾਂ ਕੋਲ ਟਾਈਮ 10:36 ਹੋ ਚੁੱਕੇ ਨੇ ਸਵੇਰ ਦੇ। ਹਰਸਿਮਰਤ ਕੌਰ ਬਾਦਲ ਇਸ ਵਕਤ 1,11,680 ਵੋਟਾਂ ਦੇ ਨਾਲ ਲੀਡ ਕਰ ਰਹੀ ਹੈ। ਬਲਜਿੰਦਰ ਕੌਰ ਆਮ ਆਦਮੀ ਪਾਰਟੀ ਦੀ 33,477 ਵੋਟਾਂ ਆਮ ਆਦਮੀ ਪਾਰਟੀ ਦੀ ਬਲਜਿੰਦਰ ਕੌਰ। ਸੁਖਪਾਲ ਸਿੰਘ ਖਹਿਰਾ ਪੀਡੀਏ ਦੇ ਉਮੀਦਵਾਰ 7,885 ਵੋਟਾਂ, ਹੁਣੇ ਹੁਣੇ ਜਿਹੜਾ ਹੈ ਬਦਲ ਗਿਆ ਹੈਗਾ ਡੇਟਾ। 8,187 ਵੋਟਾਂ ਪਈਆਂ ਨੇ ਸੁਖਪਾਲ ਸਿੰਘ ਖਹਿਰਾ ਨੂੰ, ਬਹੁਤ ਹੀ ਘੱਟ ਵੋਟਾਂ ਕਹਿ ਸਕਦੇ ਹਾਂ। 34,832 ਵੋਟਾਂ ਬਲਜਿੰਦਰ ਕੌਰ ਨੂੰ ਪਈਆਂ ਨੇ, ਉਸਦੇ ਮੁਕਾਬਲੇ 8,187 ਵੋਟਾਂ ਨੇ ਜਿਹੜੀਆਂ ਸੁਖਪਾਲ ਸਿੰਘ ਖਹਿਰਾ ਨੂੰ ਪਈਆਂ ਨੇ। ਸੋ ਇਹ ਬਹੁਤ ਹੈਰਾਨੀਜਨਕ ਹੈ। ਸੁਖਪਾਲ ਸਿੰਘ ਖਹਿਰਾ ਦੀ ਚੋਣ ਮੁਹਿੰਮ ਕੋਈ ਛੋਟੀ ਚੋਣ ਮੁਹਿੰਮ ਨਹੀਂ ਸੀ, ਪੂਰਾ ਪਰਿਵਾਰ ਜਿਹੜਾ ਸੁਖਪਾਲ ਸਿੰਘ ਖਹਿਰਾ ਦਾ ਚੋਣ ਮੁਹਿੰਮ ਦੇ ਵਿੱਚ ਉਤਰਿਆ ਹੋਇਆ ਸੀ। ਬਾਵਜੂਦ ਇਸ ਦੇ ਸੁਖਪਾਲ ਸਿੰਘ ਖਹਿਰਾ ਬਹੁਤ ਪਛੜ ਕੇ ਰਹਿ ਗਏ ਨੇ ਇਸ ਲੜੀ ਦੇ ਵਿੱਚ। ਬਠਿੰਡਾ ਤੋਂ ਕੁੱਲ 27 ਉਮੀਦਵਾਰਾਂ ਨੇ ਜਿਹੜਾ ਚੋਣ ਮੈਦਾਨ ਦੇ ਵਿੱਚ ਨਿਤਰੇ ਸਨ, 27 ਉਮੀਦਵਾਰ ਕੁੱਲ, ਜਿਨ੍ਹਾਂ ਦੇ ਵਿੱਚੋਂ ਰੱਲੇ ਦੀ ਇੱਕ ਵਿਧਵਾ ਕਿਸਾਨ ਦੀ ਖੁਦਕੁਸ਼ੀ ਕਰਨ ਵਾਲੇ ਕਿਸਾਨ ਦੀ ਵਿਧਵਾ ਵੀਰਪਾਲ ਕੌਰ ਸੀ। ਵੀਰਪਾਲ ਕੌਰ ਨੂੰ ਇਸ ਵਕਤ 493 ਵੋਟਾਂ ਨੇ ਜਿਹੜੀਆਂ EVM ਦੇ ਵਿੱਚੋਂ ਨਿਕਲ ਚੁੱਕੀਆਂ ਨੇ, 493 ਵੋਟਾਂ ਵੀਰਪਾਲ ਕੌਰ ਨੂੰ। ਇਹ ਉਹ ਵੋਟਾਂ ਨੇ ਜਿਹੜੀਆਂ ਕਿ ਹੱਕ ਵਿੱਚ ਖੜੀਆਂ ਨੇ, ਇੱਕ ਸਿਸਟਮ ਦੇ ਨਾਲ ਬਗਾਵਤ ਕਰਨ ਦੇ ਲਈ ਖੜੀ ਹੋਈ ਸੀ ਵੀਰਪਾਲ ਕੌਰ, ਇਹ ਦੱਸਣ ਦੇ ਲਈ ਕਿ ਆਖਿਰ ਚਿੱਟੀ ਚੁੰਨੀ ਉਸਨੂੰ ਕਿਉਂ ਲੈਣੀ ਪਈ। ਸੋ ਇੱਥੇ ਅਸੀਂ ਸਿਰਫ ਅਤੇ ਸਿਰਫ ਗੱਲ ਕਰਨਾ ਚਾਹੁੰਦੇ ਸੀ ਸੁਖਪਾਲ ਸਿੰਘ ਖਹਿਰਾ ਦੀ, ਜਿਨ੍ਹਾਂ ਨੂੰ ਮੰਨਿਆ ਜਾ ਰਿਹਾ ਸੀ ਕਿ ਪ੍ਰੋਫੈਸਰ ਬਲਜਿੰਦਰ ਕੌਰ ਦੇ ਮੁਕਾਬਲੇ ਸੁਖਪਾਲ ਸਿੰਘ ਖਹਿਰਾ ਬਹੁਤ ਵੱਡੀ ਲੀਡ ਲੈ ਕੇ ਜਾਣਗੇ, ਪਰ ਬਲਜਿੰਦਰ ਕੌਰ ਤੀਸਰੇ ਥਾਂ 'ਤੇ ਹੈ, 34,000 ਤੋਂ ਵੱਧ ਵੋਟਾਂ ਲਿਜਾ ਰਹੀ ਹੈ, ਪਰ ਸੁਖਪਾਲ ਸਿੰਘ ਖਹਿਰਾ 8,187 ਵੋਟਾਂ 'ਤੇ 10:30:40 ਤੱਕ ਇੰਨੀਆਂ ਕੁ ਵੋਟਾਂ ਦੇ ਉੱਤੇ ਖੜ੍ਹੇ ਹੋਏ ਨੇ।